ਲਹਿਰਾਗਾਗਾ ਚ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਾਰ ਖੋ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੀ ਮਾਤਾ ਦੀ ਦਵਾਈ ਲੈ ਕੇ ਹਰਿਆਣਾ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਜਾਖਲ ਮੰਡੀ ਕੋਲ ਰੋਕ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਅਸੀਂ ਜਾ ਕੇ ਦੇਖਿਆ ਕਿ ਉੱਥੇ ਸ਼ਰਾਬ ਦਾ ਇੱਕ ਠੇਕਾ ਹੈ ਸਾਹਮਣੇ, ਜੋ ਕਿ ਪੰਜਾਬ 'ਚ ਪੈਂਦਾ, ਸਾਹਮਣੇ ਹਰਿਆਣਾ ਸਟੇਟ ਜਿਹੜੀ ਹੈ ਜਾਖਲ ਮੰਡੀ ਹੈ, ਤਾਂ ਉਸਦੇ ਨਾਲ ਜਿਹੜਾ ਏਰੀਆ ਸਾਡਾ ਲੱਗਦਾ, ਉੱਥੇ ਇੱਕ ਨੌਜਵਾਨ ਦੀ ਡੈੱਡ ਬੋਡੀ ਪਈ ਸੀ, ਜਿਹਦੇ 'ਤੇ ਸਾਨੂੰ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਇਹ ਜਗਮੋਹਨ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਲਹਿਰਾ ਮੰਡੀ ਦਾ ਹੈ, ਜਿਹਦੀ ਉਮਰ 30-32 ਸਾਲ ਹੈ। ਤਾਂ ਇਹ ਜਿਹੜਾ ਹੈ ਖੂਨ ਨਾਲ ਲੱਥ-ਪੱਥ, ਜਿਸਦੇ ਲੱਗ ਰਿਹਾ ਸੀ ਕਿ ਢੂਹੀ ਦੇ ਵਿੱਚ 2-3 ਗੋਲੀਆਂ ਦੇ ਨਿਸ਼ਾਨ ਅਤੇ ਸਿਰ ਦੇ ਵਿੱਚ ਵੀ ਕੋਈ ਸਖਤ ਸੱਟ ਦਾ ਨਿਸ਼ਾਨ ਹੈ ਅਤੇ ਕਾਫੀ ਜ਼ਿਆਦਾ ਬਲੀਡਿੰਗ ਜਿਹੜੀ ਹੈ ਹੋਈ ਸੀ। 10 ਵਜੇ ਫੋਨ ਆਇਆ ਵੀ ਐਵੇਂ ਕਰਕੇ ਤੁਹਾਡਾ ਬੰਦਾ ਅਤੇ ਇੱਥੇ ਪਿਆ ਹੋਇਆ ਅਤੇ ਐਕਸੀਡੈਂਟ ਹੋ ਗਿਆ, ਕੋਈ ਪੁਲਿਸ ਵਾਲੇ ਨੇ ਗੱਲ ਕਹੀ ਹੈ। ਉਸ ਤੋਂ ਬਾਅਦ ਅਸੀਂ ਫਿਰ ਇੱਥੇ ਪਹੁੰਚਿਆ ਮੌਕੇ 'ਤੇ, ਪੁਲਿਸ ਆਈ ਹੋਈ ਸੀ ਪਹਿਲਾਂ, ਪੁਲਿਸ ਵਾਲੇ ਨੇ ਦੇਖਿਆ ਤਾਂ ਇਹ ਡੈੱਡ ਬੋਡੀ ਥੱਲੇ ਪਈ ਹੋਈ ਸੀ, ਇਹਦੀ ਗੱਡੀ ਸੀ ਇਹਦੇ ਕੋਲ ਉਹ ਵੀ ਨਹੀਂ ਸੀ ਹੈਗੀ, ਅਤੇ ਇਹਦੀ ਪਿੱਠ ਦੇ ਵਿੱਚ 3 ਗੋਲੀਆਂ ਵੱਜੀਆਂ ਹੋਈਆਂ ਸੀ, ਤਾਂ ਗੱਡੀ ਇਹਦੀ ਨਾਲ ਬੰਦੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨਾਲ ਲੈ ਗਏ ਨੇ ਅਤੇ ਇਹਦੀ ਡੈੱਡ ਬੋਡੀ ਉੱਥੇ ਪਈ ਹੋਈ ਸੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਲਹਿਰਾਗਾਗਾ ਤੋਂ ਗਗਨਦੀਪ ਸਿੰਘ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।